Hello guys, welcome to Lockdown Tech Study YouTube channel. So today is the topic of Viva questions. Ajja apa jehde hai sare Viva questions dekhange data structures de jehde ki thano practical questions jehde hai puche ja sakde hai exams de vich, practical exams de vich. So unna di main ik list banayi hai. Hun dekho sab to pehla main thanu dass dindi hai ki eh jehde Viva questions aa eh depend karda hai thade examiner de utte ki oh thanu kis tarah da question put karda hai. Suppose ki oh thanu data structure de vich oh queue de naal related कोई एल्गोरिदम लिखने को कह देता है और क्यू दे वाले तुसी एल्गोरिदम उधर लिख के देता और हो सकता है कि वो एल्गोरिदम दे विच जो जो तुसी लिखिया हुआ है जेड़ा जेड़ा फार्मूला लगा रहे हो वो दे ना रिलेटेड ही क्वेश्चन पूछे जिदा कि वो क्यू दे बारे थानो पूछ सकता है कि क्यू दे विच केड़ा प्रिंसिपल तुसी यूज कीता है केड़ा प्रिंसिपल दे विच यूज कीता जांदा है फ्रंट एंड की हुंदा बैक एंड की हुंदा लिफो की हुंदा फिफो की हुंदा है उहनां दे विच डिफरेंस की हुंदा है इदां दा जेड़ा क्वेश्चनस आ वो थानो पुट कर सकता है सो ये डिपेंड करता है एग्जामिनर दे उत्ते बाकी जेड़े बेसिक क्वेश्चनस आ ये जेड़े आ मैं थोड़े लिए तैयार कीते आ सो ਨਾ ਕੁਐਸਚਨਸ ਦੇ ਅਕੋਰਡਿੰਗ ਜਿਹੜਾ ਹੈ ਤੁਸੀਂ ਡੇਟਾ ਸਟ੍ਰਕਚਰ ਦੇ ਵਾਈਵਾ ਪ੍ਰੈਕਟੀਕਲ ਦੀ ਜਿਹੜੀ ਆ ਉਹ ਤਿਆਰੀ ਕਰ ਸਕਦੇ ਹੋ ਸੋ ਦੇਖਦੇ ਆ ਕਿ ਇਹ ਕੁਐਸਚਨਸ ਕਿਹੜੇ-ਕਿਹੜੇ ਆ ਸੋ ਸਭ ਤੋਂ ਪਹਿਲਾਂ ਹੈਗਾ ਆਪਣੇ ਕੋ ਵਾਟ ਇਜ਼ ਡੇਟਾ ਸਟ੍ਰਕਚਰ ਐਂਡ ਇਟਸ ਟਾਈਪਸ ਹੁਣ ਦੇਖੋ ਡੇਟਾ ਸਟ੍ਰਕਚਰ ਦੀ ਜੇਕਰ ਗੱਲ ਕਰ ਰਹੇ ਆ ਤਾਂ ਇਟ ਮੀਨਸ ਆਪਾਂ ਨੂੰ ਡੇਟਾ ਸਟ੍ਰਕਚਰ ਬਾਰੇ ਸਾਰਾ ਪਤਾ ਹੋਣਾ ਚਾਹੀਦਾ ਕਿ ਡੇਟਾ ਸਟ੍ਰਕਚਰ ਹੁੰਦਾ ਕੀ ਆ ਹੁਣ ਦੇਖੋ ਡੇਟਾ ਸਟ੍ਰਕਚਰ ਕੀ ਹੁੰਦਾ ਆ ਮੀਨਸ ਕਿ ਕੋਈ ਇੱਕ ਦਾ ਦਾ ਸਟ੍ਰਕਚਰ ਬਣਾਉਣਾ ਜਿਹਦੇ ਵਿੱਚ ਕਿ ਡੇਟਾ ਜਿਹੜਾ ਆਰਗੇਨਾਈਜ਼ ਕਰਕੇ ਆਪਾਂ ਰੱਖ ਸਕਦੇ ਆ ਸੋ ਇਹੀ ਹੁੰਦਾ ਆਪਣਾ ਡੇਟਾ ਸਟ੍ਰਕਚਰ ਤੇ ਹੁਣ ਉਹਦੀਆਂ ਦੋ ਟਾਈਪਸ ਬਾਰੇ ਦੱਸੂਗੇ ਜਦੋਂ ਤੁਸੀਂ ਉਹਦੀਆਂ ਦੋ ਟਾਈਪਸ ਬਾਰੇ ਦੱਸੂਗੇ ਟਾਈਪਸ ਕਿਹੜੀ ਆਉਗੀਆਂ ਲੀਨੀਅਰ ਔਰ ਨਾਨ ਲੀਨੀਅਰ ਸੋ ਜਦੋਂ ਤੁਸੀਂ ਉਹਦੀਆਂ ਦੋ ਟਾਈਪਸ ਬਾਰੇ ਦੱਸਣਾ ਤਾਂ ਹੋ ਸਕਦਾ ਕਿ ਤੁਹਾਨੂੰ ਲੀਨੀਅਰ ਦੀਆਂ ਫਰਦਰ ਟਾਈਪਸ ਬਾਰੇ ਪੁੱਛੇ ਜਾਂ ਨਾਨ ਲੀਨੀਅਰ ਦੀਆਂ ਫਰਦਰ ਟਾਈਪਸ ਬਾਰੇ ਪੁੱਛ ਲਵੇ ਸੋ ਜਦੋਂ ਤੁਹਾਨੂੰ ਉਹ ਲੀਨੀਅਰ ਦੀਆਂ ਫਰਦਰ ਟਾਈਪਸ ਬਾਰੇ ਪੁੱਛਦਾ ਜਦੋਂ ਤੁਸੀਂ ਮੰਨ ਲਓ ਉਹਦੇ ਵਿੱਚ ਤੁਸੀਂ ਜਿਹੜੀ ਆ ਦੱਸ ਰਹੇ ਹੋ ਕਿ ਕਿਊ ਆ ਸਟੈਕ ਆ ਇਹ ਆ ਬੋਆ ਜਦੋਂ ਤੁਸੀਂ ਉਹਨਾਂ ਨੂੰ ਇਹ ਵਾਲਾ ਸਾਰੇ ਉਹਦੀਆਂ ਲੀਨੀਅਰ ਦੀਆਂ ਜਿਹੜੀਆਂ ਟਾਈਪਸ ਆ ਉਹਨਾਂ ਬਾਰੇ ਦੱਸ ਰਹੇ ਹੋ ਤਾਂ ਹੋ ਸਕਦਾ ਉਹਨਾਂ ਦੇ ਵਿੱਚੋਂ ਕੋਈ ਉਹ ਕੁਐਸਚਨ ਜਿਹੜਾ ਆ ਉਹ ਤੁਹਾਨੂੰ ਉਹਦੇ ਵਿੱਚੋਂ ਪੁੱਟ ਕਰ ਦੇਵੇ ਸਪੋਜ਼ ਕਿ ਤੁਸੀਂ ਕਿਹਾ ਕਿ ਸਟੈਕ ਜਿਹੜੀ ਆ ਲੀਨੀਅਰ ਦੀ ਜਿਹੜੀ ਟਾਈਪ ਆ ਹੁਣ ਜੇ ਉਹ ਹੋ ਸਕਦਾ ਕਿ ਤੁਹਾਨੂੰ ਸਟੈਕ ਨਾਲ ਰਿਲੇਟਡ ਸਾਰੇ ਕੁਐਸਚਨ ਪੁੱਛ ਲਵੇ ਹੈ ਨਾ ਸੋ ਇਸ ਤਰ੍ਹਾਂ ਕਰਕੇ ਇਹ ਸਾਰੇ ਕੁਐਸਚਨ ਜਿਹੜੇ ਇੱਕ ਦੂਸਰੇ ਨਾਲ ਲਿੰਕਡ ਅਪ ਹੁੰਦੇ ਆ ਸੋ ਇਸ ਕਰਕੇ ਤੁਹਾਨੂੰ ਹਰ ਇੱਕ ਜਿਹੜੀ ਟਰਮ ਤੁਸੀਂ ਡੇਟਾ ਸਟ੍ਰਕਚਰ ਦੇ ਵਿੱਚ ਯੂਜ਼ ਕਰਦੇ ਆ ਉਸ ਟਰਮ ਦੇ ਬਾਰੇ ਤੁਹਾਨੂੰ ਜਿਹੜੀ ਬੇਸਿਕ ਨੋਲੇਜ ਹੋਣੀ ਹੀ ਚਾਹੀਦੀ ਆ ਸੋ ਇਸ ਕਰਕੇ ਆਪਾਂ ਨੈਕਸਟ ਕੁਐਸਚਨ ਦੇਖਦੇ ਆ ਵਾਟ ਡੂ ਯੂ ਮੀਨ ਬਾਈ ਲੀਨੀਅਰ ਔਰ ਨਾਨ ਲੀਨੀਅਰ ਸੇਮ ਹੋਈ ਕਿ ਲੀਨੀਅਰ ਵਾਲੇ ਕੁਐਸਚਨ ਪੁੱਛ ਸਕਦੇ ਆ ਔਰ ਨਾਨ ਲੀਨੀਅਰ ਵਾਲੇ ਕੁਐਸਚਨ ਪੁੱਛ ਸਕਦੇ ਆ ਸੋ ਉਹਦੀਆਂ ਜਿਹੜੀਆਂ ਟਾਈਪਸ ਆ ਉਹਦੇ ਬਾਰੇ ਵੀ ਪੁੱਛ ਸਕਦੇ ਫਿਰ ਟਾਈਪਸ ਦੇ ਅੱਗੇ ਉਹ ਉਹਦੇ ਵਿੱਚੋਂ ਟਾਈਪ ਦੇ ਵਿੱਚੋਂ ਕੋਈ ਟਾਈਪ ਚੱਕ ਸਕਦੇ ਜਿਹਦੇ ਬਾਰੇ ਤੁਹਾਨੂੰ ਅੱਗੇ ਦੇ ਕੇ ਕੁਐਸਚਨ ਪੁੱਟ ਕਰ ਸਕਦੇ ਆ ਸੋ ਨੈਕਸਟ ਹੈਗਾ ਵਟ ਇਜ਼ ਕਿਊ ਹੁਣ ਦੇਖੋ ਕਿਊ ਬਾਰੇ ਪੁੱਛ ਸਕਦੇ ਕਿ ਕਿਊ ਕੀ ਹੁੰਦੀ ਆ ਜਾਂ ਫਿਰ ਉਹ ਤੁਹਾਨੂੰ ਪੁੱਛ ਸਕਦੇ ਕਿ ਡੀ ਕਿਊ ਕੀ ਹੁੰਦੀ ਆ ਡੀ ਕਿਊ ਕਿਉਂ ਯੂਜ਼ ਕੀਤੀ ਜਾਂਦੀ ਉਹਦਾ ਕੀ ਪਰਪਸ ਹੁੰਦਾ ਆ ਸੋ ਇਸੇ ਤਰ੍ਹਾਂ ਸਟੈਕ ਬਾਰੇ ਪੁੱਛ ਸਕਦੇ ਕਿ ਸਟੈਕ ਕੀ ਹੁੰਦੀ ਆ ਸਟੈਕ ਕਿਸ ਪਰਪਸ ਲਈ ਯੂਜ਼ ਕੀਤੀ ਜਾਂਦੀ ਆ ਸਟੈਕ ਦਾ ਪ੍ਰਿੰਸੀਪਲ ਕੀ ਹੁੰਦਾ ਆ ਸਟੈਕ ਦੇ ਵਿੱਚ ਕੀ ਯੂਜ਼ ਕੀਤਾ ਜਾਂਦਾ ਆ ਸੋ ਇਸੇ ਤਰ੍ਹਾਂ ਆਪਾਂ ਨੂੰ ਲੀਫੋ ਬਾਰੇ ਪੁੱਛ ਸਕਦਾ ਆ ਕਿ ਲੀਫੋ ਕੀ ਹੁੰਦਾ ਆ ਹੁਣ ਦੇਖੋ ਇਹ ਲੀਫੋ ਜਿਹੜਾ ਆ ਲਾਸਟ ਇਨ ਫਰਸਟ ਆਊਟ ਜਿਹੜਾ ਆ ਇਹ ਕਿਹਦਾ ਹੁੰਦਾ ਆ ਇਹ ਹੁੰਦਾ ਆ ਕਿਊ ਦਾ ਹੁੰਦਾ ਆ ਕਿ ਸੋਰੀ ਇਹ ਸਟੈਕ ਦਾ ਹੁੰਦਾ ਆ ਲਾਸਟ ਇਨ ਫਰਸਟ ਆਊਟ ਹੈਨਾ ਸੋ ਲੀਫੋ ਦੇ ਵਿੱਚ ਕੀ ਹੁੰਦਾ ਆ ਇਹ ਮਤਲਬ ਕਿ ਇਹ ਕਿਹਦਾ ਪ੍ਰਿੰਸੀਪਲ ਹੋਇਆ ਸਟੈਕ ਦਾ ਹੋਇਆ ਸੋ ਇਸ ਕਰਕੇ ਉਹ ਤੁਹਾਨੂੰ ਇਦਾਂ ਸਿੱਧਾ ਡਾਇਰੈਕਟ ਕੁਐਸਚਨ ਵੀ ਪੁੱਛ ਸਕਦਾ ਕਿ ਲੀਫੋ ਜਿਹੜਾ ਆ ਉਹ ਡੇਟਾ ਸਟ੍ਰਕਚਰ ਦੇ ਵਿੱਚ ਕਿਉਂ ਯੂਜ਼ ਕੀਤਾ ਜਾਂਦਾ ਆ ਤੇ ਲੀਫੋ ਦਾ ਕੀ ਕੰਮ ਹੁੰਦਾ ਆ ਸੋ ਇਸ ਤਰ੍ਹਾਂ ਜਿਹੜਾ ਕੁਐਸਚਨ ਪੁੱਛ ਸਕਦਾ ਫਰੰਟ ਐਂਡ ਐਂਡ ਬੈਕ ਐਂਡ ਕੀ ਹੁੰਦਾ ਆ ਇਹਦੇ ਬਾਰੇ ਕੁਐਸਚਨਿੰਗ ਪੁੱਟ ਕਰ ਸਕਦੇ ਆ ਕਿ ਫਰੰਟ ਐਂਡ ਕਿਹੜਾ ਜਿਹੜਾ ਉਹ ਕਿਉਂ ਯੂਜ਼ ਕੀਤਾ ਜਾਂਦਾ ਆ ਬੈਕ ਐਂਡ ਦਾ ਕੀ ਮਤਲਬ ਹੁੰਦਾ ਆ ਠੀਕ ਆ ਨੈਕਸਟ ਹੈਗਾ ਲਿੰਕ ਲਿਸਟ ਲਿੰਕ ਲਿਸਟ ਕੀ ਹੁੰਦੀ ਆ ਜਿਹੜੀ ਆਪਸ ਦੇ ਵਿੱਚ ਇੱਕ ਦੂਸਰੇ ਦੇ ਨਾਲ ਜਿਹੜੀਆਂ ਨੋਡਸ ਉਹ ਕਨੈਕਟਡ ਹੁੰਦੀਆਂ ਪੁਆਇੰਟਰ ਦੇ ਥਰੂ ਜਿਹੜਾ ਯੂਜ਼ ਕੀਤੀ ਜਾਂਦੀ ਆ ਸੋ ਉਹਦੇ ਬਾਰੇ ਜਿਹੜੇ ਕੁਐਸਚਨਸ ਪੁੱਟ ਕਰ ਸਕਦੇ ਆ ਨੈਕਸਟ ਹੈਗਾ ਫੀਫੋ ਫਰਸਟ ਇਨ ਫਰਸਟ ਆਊਟ ਹੁਣ ਜਿਹੜਾ ਫਰਸਟ ਇਨ ਫਰਸਟ ਆਊਟ ਆ ਇਹ ਕਿਹਦਾ ਜਿਹੜਾ ਹੈ ਪ੍ਰਿੰਸੀਪਲ ਇਹ ਕਿਊ ਦਾ ਪ੍ਰਿੰਸੀਪਲ ਆ ਸੋ ਤੁਹਾਨੂੰ ਫੀਫੋ ਬਾਰੇ ਪੁੱਛ ਸਕਦੇ ਕਿ ਫੀਫੋ ਕੀ ਹੁੰਦਾ ਆ ਫੀਫੋ ਦੇ ਬਾਰੇ ਮਤਲਬ ਕਿ ਫੀਫੋ ਦਾ ਕਿਹੜਾ ਪ੍ਰਿੰਸੀਪਲ ਆ ਇਹ ਕਿਹਦੇ ਵਿੱਚ ਯੂਜ਼ ਕੀਤਾ ਜਾਂਦਾ ਆ ਇਹ ਕਿਹਦਾ ਪਰਪਸ ਆ ਕੀ ਕਿਹੜਾ ਕੀ ਪਰਪਸ ਹੁੰਦਾ ਹੈ ਇਹਦਾ ਯੂਜ਼ ਕਰਨ ਦਾ ਸੋ ਇਸ ਤਰ੍ਹਾਂ ਦੀ ਜਿਹੜੀ ਕੁਐਸਚਨਿੰਗ ਆ ਉਹ ਇਹਨਾਂ ਨਾਲ ਰਿਲੇਟਡ ਜਿਹੜੀ ਆ ਉਹ ਹੋ ਸਕਦੀ ਆ ਸੋ ਇਹਨਾਂ ਟਰਮਸ ਦੇ ਬਾਰੇ ਤੁਸੀਂ ਬੇਸਿਕ ਜਾਣਕਾਰੀ ਜਿਹੜੀ ਆ ਆਪਣੇ ਵਾਈਵਾ ਪ੍ਰੈਕਟੀਕਲ ਤੋਂ ਪਹਿਲਾਂ ਜਿਹੜੀ ਆ ਉਹ ਜ਼ਰੂਰ ਪੜ੍ਹ ਕੇ ਜਾਣਾ ਆ ਸੋ ਉਸ ਤੋਂ ਬਾਅਦ ਆਪਣੇ ਕੋਲ ਇੱਕ ਕੁਐਸਚਨ ਇਹਦੇ ਵਿੱਚ ਹੋਰ ਬਣ ਜਾਂਦਾ ਹੈ ਕਿ ਲੀਫੋ ਐਂਡ ਫੀਫੋ ਦੇ ਵਿੱਚ ਡਿਫਰੈਂਸ ਕੀ ਹੁੰਦਾ ਆ ਡਿਫਰੈਂਸ ਬਿਟਵੀਨ ਲੀਫੋ ਐਂਡ ਫੀਫੋ ਹੁਣ ਦੋਨਾਂ ਦੇ ਵਿੱਚ ਡਿਫਰੈਂਸ ਪੁੱਛ ਸਕਦੇ ਆ ਕਿ ਇਹਨਾਂ ਦੋਨਾਂ ਦਾ ਡਿਫਰੈਂਸ ਕੀ ਹੁੰਦਾ ਹੈ ਸੋ ਉਹਦੇ ਅਕੋਰਡਿੰਗ ਸਾਰਾ ਡਿਫਰੈਂਸ ਅਗਰ ਤੁਸੀਂ ਇਹਦੇ ਬਾਰੇ ਪੜ੍ਹਿਆ ਹੈ ਕਿ ਕਿਹਦਾ ਪ੍ਰਿੰਸੀਪਲ ਆ ਕਿਉਂ ਯੂਜ਼ ਕੀਤਾ ਜਾਂਦਾ ਆ ਸੋ ਤੁਸੀਂ ਇਹਦਾ ਜਿਹੜਾ ਡਿਫਰੈਂਸ ਆ ਈਜ਼ੀਲੀ ਜਿਹੜਾ ਉਹ ਬਣਾ ਸਕਦੇ ਆ ਕਿ ਇਹ ਦੋਨਾਂ ਦਾ ਡਿਫਰੈਂਸ ਕੀ ਹੁੰਦਾ ਆ ਸੋ ਨੈਕਸਟ ਹੈਗਾ ਡਿਫਰੈਂਸ ਬਿਟਵੀਨ ਐਰੇ ਐਂਡ ਲਿੰਕਡ ਲਿਸਟ ਹੁਣ ਦੇਖੋ ਐਰੇ ਤੁਹਾਨੂੰ ਪਤਾ ਕਿ ਐਰੇ ਕੀ ਹੁੰਦਾ ਜਿੱਦਾਂ ਕੰਟੀਨਿਊਸਲੀ ਜਿਹੜੀ ਮੈਮਰੀ ਚੱਲਦੀ ਰਹਿੰਦੀ ਆ ਜਿੱਦਾਂ ਸਪੋਜ਼ ਕਿ ਆ ਆਪਣੇ ਕੋ ਐਰੇ ਦੀ ਮੈਮਰੀ ਜਿਸ ਤਰ੍ਹਾਂ ਇਹ ਇੱਕ ਇੱਕ ਇਹ ਨਾਲ ਹੀ ਜਿਹੜੀ ਅਟੈਚ ਹੁੰਦੀ ਆ ਇਹ ਕੰਟੀਨਿਊਸਲੀ ਇਸ ਤਰ੍ਹਾਂ ਜਿਹੜੀ ਉਹ ਚੱਲਦੀ ਰਹਿੰਦੀ ਬਟ ਲਿੰਕਡ ਲਿਸਟ ਦੇ ਵਿੱਚ ਕੀ ਹੁੰਦਾ ਹੈ ਕੋਈ ਜਿਹੜੀ ਮੈਮਰੀ ਸਪੇਸ
ਕੋਈ ਕਿਤੇ ਪਈ ਹੁੰਦੀ ਆ ਸੋ ਇਹ ਜਿਹੜੀ ਕੀ ਹੁੰਦੀ ਹੈ ਕਿਸੇ ਨਾ ਕਿਸੇ ਨੋਡ ਦੇ ਨਾਲ ਜਿਹੜੀ ਹੈ ਇਹ ਕਨੈਕਟਡ ਹੁੰਦੀ ਆ ਸੋ ਇਹ ਇਸ ਤਰ੍ਹਾਂ ਜਿਹੜੀ ਹੈ ਇਹ ਕਨੈਕਟਡ ਹੁੰਦੀ ਹੈ ਸੋ ਇਹ ਹੁੰਦੀ ਹੈ ਆਪਣੀ ਲਿੰਕ ਲਿਸਟ ਜਿਹੜੀ ਕਿਤੇ ਵੀ ਹੁੰਦੀ ਹੈ ਪਰ ਇਹ ਆਪਣੀ ਕੰਟੀਨਿਊਸਲੀ ਚੱਲਦੀ ਰਹਿੰਦੀ ਸੋ ਇਸ ਤਰ੍ਹਾਂ ਜਿਹੜਾ ਇਹਦਾ ਡਿਫਰੈਂਸ ਹੈ ਜ਼ਰੂਰ ਤੁਸੀਂ ਪੜ੍ਹ ਕੇ ਜਾਣਾ ਇਕੱਲਾ ਐਰੇ ਵੀ ਪੁੱਛ ਸਕਦੇ ਆ ਕਿ ਐਰੇ ਕੀ ਹੁੰਦਾ ਆ ਇਕੱਲਾ ਲਿੰਕ ਲਿਸਟ ਵੀ ਪੁੱਛ ਸਕਦੇ ਆ ਸੋ ਉਹਨਾਂ ਦੋਨਾਂ ਦਾ ਡਿਫਰੈਂਸ ਵੀ ਪੁੱਛ ਸਕਦੇ ਆ ਸੋ ਇਸ ਕਰਕੇ ਇਹ ਵੀ ਜਿਹੜਾ ਇਹ ਜ਼ਰੂਰੀ ਹੋ ਜਾਂਦਾ ਆ ਸੋ ਨੈਕਸਟ ਹੈਗਾ ਆ ਵਟ ਇਜ਼ ਐਨ ਐਰੇ ਐਂਡ ਇਟਸ ਟਾਈਪਸ ਉਹੀ ਸੇਮ ਕਿ ਐਰੇ ਦਾ ਕੁਐਸਚਨ ਜਿਹੜਾ ਉਹ ਪੁੱਟ ਕੀਤਾ ਜਾ ਸਕਦਾ ਤੇ ਉਹਦੀਆਂ ਟਾਈਪਸ ਬਾਰੇ ਪੁੱਛਿਆ ਜਾ ਸਕਦਾ ਕਿ ਐਰੇ ਕੀ ਹੁੰਦਾ ਤੇ ਉਹਦੀਆਂ ਅੱਗੇ ਫਰਦਰ ਕਿਹੜੀਆਂ ਕਿਹੜੀਆਂ ਟਾਈਪਸ ਜਿਹੜੀਆਂ ਆਪਾਂ ਯੂਜ਼ ਕੀਤੇ ਜਾਂਦੇ ਆ ਤੇ ਉਹਨਾਂ ਵਿੱਚੋਂ ਸਪੋਜ਼ ਕਿ ਉਹਨਾਂ ਨੇ ਵਨ ਡਾਇਮੈਂਸ਼ਨਲ ਬਾਰੇ ਪੁੱਛ ਲਿਆ ਜਾਂ ਮਲਟੀ ਡਾਇਮੈਂਸ਼ਨ ਐਰੇ ਬਾਰੇ ਪੁੱਛ ਲਿਆ ਕਿ ਉਹ ਕਿੱਦਾਂ ਯੂਜ਼ ਕੀਤੇ ਜਾਂਦਾ ਕੀ ਪਰਪਸ ਹੁੰਦਾ ਆ ਸੋ ਮਤਲਬ ਕਿ ਬੇਸਿਕ ਜਾਣਕਾਰੀ ਜਿਹੜੀ ਆ ਉਹਦੇ ਨਾਲ ਰਿਲੇਟਡ ਤੁਹਾਨੂੰ ਹਰ ਇੱਕ ਟਰਮ ਦੀ ਹੋਣੀ ਚਾਹੀਦੀ ਹੈ ਅਗਰ ਤੁਸੀਂ ਉਸ ਨਾਲ ਰਿਲੇਟਡ ਜਿਹੜਾ ਆਨਸਰ ਆ ਉਹ ਪੁੱਟ ਕਰਦੇ ਹੋ ਸੋ ਨੈਕਸਟ ਹੈਗਾ ਆਪਣੀ ਕੋ ਵਟ ਇਜ਼ ਰਿਕਰਸ਼ਨ ਹੁਣ ਦੇਖੋ ਰਿਕਰਸ਼ਨ ਜਿਹੜਾ ਹੈ ਉਹ ਬਾਰ ਬਾਰ ਯੂਜ਼ ਕੀਤਾ ਜਾਂਦਾ ਹੈ ਰਿਕਰਸ਼ਨ ਕੀ ਹੁੰਦਾ ਜਿਹੜਾ ਆਪਣੇ ਆਪ ਨੂੰ ਕਾਲ ਕਰਦਾ ਕਾਲ ਇਟ ਸੈਲਫ ਜਿਹੜਾ ਫੰਕਸ਼ਨ ਦੇ ਵਿੱਚ ਖੁਦ ਨੂੰ ਹੀ ਕਾਲ ਕਰਦਾ ਆ ਸੋ ਦੈਟ ਇਜ਼ ਕਾਲਡ ਅ ਰਿਕਰਸ਼ਨ ਜਿਹੜਾ ਕਿ ਯੂਜ਼ ਕੀਤਾ ਜਾਂਦਾ ਨੈਕਸਟ ਟਰਮ ਜਿਹੜੀ ਹੈ ਓਵਰਫਲੋ ਐਂਡ ਅੰਡਰਫਲੋ ਇਹ ਵੀ ਆਪਾਂ ਐਲਗੋਰਿਦਮਸ ਦੇ ਵਿੱਚ ਯੂਜ਼ ਕਰਦੇ ਹਾਂ ਸੋ ਇਹਨਾਂ ਦਾ ਕੀ ਮਤਲਬ ਹੁੰਦਾ ਓਵਰਫਲੋ ਮੀਨਸ ਕੀ ਹੋ ਜਾਣਾ ਹੁੰਦਾ ਆ ਅੰਡਰਫਲੋ ਮੀਨਸ ਕੀ ਹੋ ਜਾਣਾ ਹੁੰਦਾ ਆ ਸੋ ਇਹਨਾਂ ਦੇ ਬਾਰੇ ਵੀ ਜਿਹੜੀ ਬੇਸਿਕ ਜਾਣਕਾਰੀ ਉਹ ਪਤਾ ਹੋਣੀ ਚਾਹੀਦੀ ਆ ਕਿ ਇਹ ਆਪਾਂ ਐਲਗੋਰਿਦਮਸ ਦੇ ਵਿੱਚ ਟਰਮਸ ਕਿਉਂ ਯੂਜ਼ ਕਰਦੇ ਹਾਂ ਸੋ ਨੈਕਸਟ ਹੈਗਾ ਨੋਟੇਸ਼ਨਸ ਨੋਟੇਸ਼ਨਸ ਕਿਹੜੀਆਂ ਆਪਣੀ ਕੋ ਪ੍ਰੀਫਿਕਸ ਪੋਸਟਫਿਕਸ ਇਹ ਸਾਰੀ ਜਿਹੜੀਆਂ ਨੋਟੇਸ਼ਨਸ ਆ ਇਹਨਾਂ ਨੂੰ ਆਪਾਂ ਯੂਜ਼ ਕੀਤਾ ਜਾਂਦਾ ਸੋ ਇਹਨਾਂ ਨੂੰ ਕਿਹੜੇ ਪਰਪਸ ਦੇ ਲਈ ਯੂਜ਼ ਕੀਤਾ ਜਾਂਦਾ ਪ੍ਰੀਫਿਕਸ ਮੀਨਸ ਕੀ ਹੁੰਦਾ ਪੋਸਟਫਿਕਸ ਮੀਨਸ ਕੀ ਹੁੰਦਾ ਆ ਸੋ ਨੈਕਸਟ ਹੈਗਾ ਆਪਣੇ ਕੋਲ ਸੋਰਟਿੰਗ ਸੋਰਟਿੰਗ ਮੀਨਸ ਕੀ ਹੁੰਦੇ ਕੋ ਤੁਸੀਂ ਸਿਲੈਕਸ਼ਨ ਸੋਰਟ ਕਰਦੇ ਬਬਲ ਸੋਰਟ ਕਰਦੇ ਰੈਡਿਕ ਸੋਰਟ ਕਰਦੇ ਆ ਸੋ ਇਹਨਾਂ ਸੋਰਟਿੰਗਸ ਦਾ ਮਤਲਬ ਕੀ ਹੁੰਦਾ ਆ ਇਹਨਾਂ ਸੋਰਟਿੰਗਸ ਨੂੰ ਕਿਉਂ ਯੂਜ਼ ਕੀਤਾ ਜਾਂਦਾ ਆ ਮਤਲਬ ਕਿ ਹੁਣ ਸੋਰਟਿੰਗ ਤਾਂ ਆਪਾਂ ਕਰ ਰਹੇ ਹਾਂ ਬਟ ਸੋਰਟਿੰਗ ਦਾ ਅਗਰ ਮੀਨਿੰਗ ਪਤਾ ਹੋਵੇਗਾ ਦੈਨ ਹੀ ਆਪਾਂ ਕਰ ਸਕਦੇ ਸੋ ਸੋਰਟਿੰਗ ਨਾਲ ਰਿਲੇਟਡ ਉਹ ਕੁਐਸਚਨ ਪੁੱਟਸ ਕਰ ਸਕਦੇ ਉਸ ਤੋਂ ਬਾਅਦ ਤੁਹਾਨੂੰ ਕਹਿ ਸਕਦੇ ਕਿ ਰੈਡਿਕ ਸੋਰਟ ਕਰਕੇ ਦਿਖਾਓ ਉਹਦਾ ਪ੍ਰੋਸੀਜਰ ਦੱਸੋ ਥੋੜ੍ਹਾ ਜਿਹਾ ਹਨਾ ਇਸ ਤਰ੍ਹਾਂ ਵੀ ਪੁੱਛ ਸਕਦੇ ਆ ਸੋ ਨੈਕਸਟ ਹੈਗਾ ਪ੍ਰਾਇਓਰਿਟੀ ਕਿਉਂ ਦੇਖੋ ਕਿਊ ਐਂਡ ਡੀ ਕਿਊ ਆਪਾਂ ਦੇਖਿਆ ਹੁਣ ਇਸੇ ਤਰ੍ਹਾਂ ਜਿਹੜਾ ਕੁਐਸਚਨ ਉਹ ਪੁੱਟ ਕਰ ਸਕਦੀ ਕਿ ਪ੍ਰਾਇਓਰਿਟੀ ਕਿਉਂ ਕੀ ਹੁੰਦੀ ਆ ਪ੍ਰਾਇਓਰਿਟੀ ਤੋਂ ਪਤਾ ਲੱਗ ਰਿਹਾ ਕਿ ਜਿਹੜੀ ਕਿ ਪ੍ਰਾਇਓਰਿਟੀ ਕਿਸੇ ਨਾ ਕਿਸੇ ਜਿਹੜੀ ਅਸਾਈਨ ਕਰ ਦਿੱਤੀ ਜਾਂਦੀ ਉਹਦੇ ਬੇਸ ਤੇ ਜਿਹੜੀ ਆ ਉਹ ਕਿਉਂ ਜਿਹੜੀ ਆ ਉਹਦਾ ਸਟਰਕਚਰ ਡਿਫਾਈਨ ਹੁੰਦਾ ਆ ਸੋ ਇਸ ਕਰਕੇ ਪ੍ਰਾਇਓਰਿਟੀ ਕੀ ਨਾਲ ਰਿਲੇਟਡ ਵੀ ਕੁਐਸਚਨ ਪੁੱਛਿਆ ਜਾ ਸਕਦਾ ਆ ਨੈਕਸਟ ਹੈਗਾ ਆਪਣੇ ਕੋਲ ਵਟ ਇਜ਼ ਗਾਰਬੇਜ ਕਲੈਕਸ਼ਨ ਸੋ ਗਾਰਬੇਜ ਕਲੈਕਸ਼ਨ ਕੀ ਹੁੰਦੀ ਹੈ ਜਦੋਂ ਆਪਣੇ ਕੋਲ ਕੋਈ ਖਾਲੀ ਮੈਮਰੀ ਬਚ ਜਾਂਦੀ ਹੈ ਮਤਲਬ ਕਿ ਆਹ ਆਪਣੇ ਕੋਲ ਇੱਕ ਐਮਪਟੀ ਮੈਮਰੀ ਹੈ ਜਿਹੜੀ ਬਚ ਗਈ ਆ ਇਸ ਮੈਮਰੀ ਨੇ ਹੁਣ ਕੀ ਆ ਵਾਪਸ ਉਸ ਮੈਮਰੀ ਦੇ ਵਿੱਚ ਜਾ ਕੇ ਲੱਗ ਜਾਣਾ ਕਿ ਉਹਦੇ ਵਿੱਚ ਲੱਗ ਗਈ ਆ ਇਟ ਮੀਨਸ ਕਿ ਉਹ ਗਾਰਬੇਜ ਕਲੈਕਸ਼ਨ ਮੈਮਰੀ ਹੋਵੇਗੀ ਸੋ ਨੈਕਸਟ ਹੈਗੀ ਆ ਟਾਈਮ ਸਪੇਸ ਟ੍ਰੇਡ ਆਫ ਮੀਨਸ ਕਿ ਟਾਈਮ ਸਪੇਸ ਟ੍ਰੇਡ ਆਫ ਜਿਹੜੀ ਆ ਇਹਦੇ ਵਿੱਚ ਕੀ ਹੁੰਦਾ ਹੈ ਇਹਦਾ ਕੀ ਪਰਪਸ ਹੁੰਦਾ ਆ ਮਤਲਬ ਕਿ ਜਿਹੜੀ ਆਪਾਂ ਐਲਗੋਰਿਦਮ ਯੂਜ਼ ਕੀਤੇ ਜਾਂਦੇ ਆ ਐਲਗੋਰਿਦਮ ਕਿਹੜੇ ਐਨਾਲਾਈਸਿਸ ਦੇ ਬੇਸ ਦੇ ਉੱਤੇ ਯੂਜ਼ ਕੀਤਾ ਜਾਂਦਾ ਆ ਦੈਟ ਇਜ਼ ਕਾਲਡ ਦਾ ਟਾਈਮ ਸਪੇਸ ਟ੍ਰੇਡ ਆਫ ਔਰ ਇਹਦਾ ਇੱਕ ਕੁਐਸਚਨ ਹੋਰ ਹੋ ਸਕਦਾ ਟਾਈਮ ਸਪੇਸ ਕੰਪਲੈਕਸਿਟੀ ਸੋ ਇਹਨਾਂ ਦੋਨਾਂ ਬਾਰੇ ਜ਼ਰੂਰ ਪੜ੍ਹ ਕੇ ਜਾਣਾ ਕਿ ਟਾਈਮ ਸਪੇਸ ਕੰਪਲੈਕਸਿਟੀ ਕੀ ਹੁੰਦੀ ਆ ਔਰ ਟਾਈਮ ਸਪੇਸ ਟ੍ਰੇਡ ਆਫ ਕੀ ਹੁੰਦਾ ਹੈ ਸੋ ਇਹਨਾਂ ਦੋਨਾਂ ਬਾਰੇ ਤੁਹਾਡੀ ਕੁਐਸਚਨਿੰਗ ਆ ਉਹ ਪੁੱਟ ਕੀਤੀ ਜਾ ਸਕਦੀ ਆ ਸੋ ਨੈਕਸਟ ਹੈਗਾ ਆ ਪੁਸ਼ ਪੌਪ ਹੁਣ ਦੇਖੋ ਪੁਸ਼ ਪੌਪ ਇਨਸਰਸ਼ਨ ਔਰ ਡਿਲੀਸ਼ਨ ਵਗੈਰਾ ਕਰਨਾ ਇਹਨਾਂ ਦੇ ਬਾਰੇ ਵੀ ਜਿਹੜਾ ਤੁਹਾਨੂੰ ਪਤਾ ਹੋਣਾ ਚਾਹੀਦਾ ਇਹਨਾਂ ਦਾ ਬੇਸਿਕ ਐਲਗੋਰਿਦਮ ਵੀ ਜਿਹੜੀ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਆ ਸੋ ਇਸ ਕਰਕੇ ਪੁਸ਼ ਐਂਡ ਪੌਪ ਜ਼ਰੂਰ ਪੜ੍ਹ ਕੇ ਜਾਣਾ ਨੈਕਸਟ ਹੈਗਾ ਨਲ ਪੁਆਇੰਟਰ ਹੁਣ ਦੇਖੋ ਲਿੰਕ ਲਿਸਟ ਦੇ ਵਿੱਚ ਇੱਕ ਆਪਾਂ ਜਿਹੜਾ ਪੁਆਇੰਟਰ ਯੂਜ਼ ਕੀਤਾ ਜਾਂਦਾ ਨਲ ਪੁਆਇੰਟਰ ਇਹ ਨਲ ਪੁਆਇੰਟਰ ਕਿਸ ਪਰਪਸ ਦੇ ਲਈ ਯੂਜ਼ ਕੀਤਾ ਜਾਂਦਾ ਇਸ ਦੇ ਬਾਰੇ ਵੀ ਜਿਹੜਾ ਤੁਹਾਨੂੰ ਪਤਾ ਹੋਣਾ ਚਾਹੀਦਾ ਆ ਸੋ ਨੈਕਸਟ ਹੈਗਾ ਫਿਬੋਨਿਕ ਸੀਰੀਜ਼ ਦੇਖੋ ਫਿਬੋਨਿਕ ਸੀਰੀਜ਼ ਜਿਹੜੀ ਆ ਉਹ ਜ਼ਿਆਦਾਤਰ ਆਪਾਂ ਜਿਹੜਾ ਆ ਸੀ ਪਲੱਸ ਪਲੱਸ ਸੀ ਦੇ ਵਿੱਚ ਕੋਈ ਨਾ ਕੋਈ ਇਹਦਾ ਪ੍ਰੋਗਰਾਮ ਜਿਹੜਾ ਉਹ ਆਪਾਂ ਕਰਦੇ ਹੀ ਕਰਦੇ ਹਾਂ ਸੋ ਜਿਹੜੀ ਫਿਬੋਨਿਕ ਸੀਰੀਜ਼ ਆ ਉਹਦਾ ਐਲਗੋਰਿਦਮ ਵੀ ਜਿਹੜਾ ਡੇਟਾ ਸਟਰਕਚਰ ਦੇ ਵਿੱਚ ਆਪਾਂ ਪੜ੍ਹਿਆ ਹੋਇਆ ਆ ਸੋ ਉਸ ਐਲਗੋਰਿਦਮ ਨੂੰ ਕਰਨਾ ਬਹੁਤ ਜ਼ਰੂਰੀ ਆ ਸੋ ਉਸ ਬਾਰੇ ਤੁਹਾਨੂੰ ਫਿਬੋਨਿਕ ਸੀਰੀਜ਼ ਦੇ ਬਾਰੇ ਪਤਾ ਹੋਣਾ ਚਾਹੀਦਾ ਕਿ ਫਿਬੋਨਿਕ ਸੀਰੀਜ਼ ਦਾ ਮਤਲਬ ਕੀ ਹੁੰਦਾ ਅਤੇ ਉਸਨੂੰ ਕਿਸ ਤਰ੍ਹਾਂ ਆਪਾਂ ਜਿਹੜਾ ਆ ਸੋਲਵ ਕਰ ਸਕਦੇ ਹਾਂ ਡੇਟਾ ਸਟਰਕਚਰ ਦੇ ਵਿੱਚ ਸੋ ਉਹਨੂੰ ਜ਼ਰੂਰ ਪੜ੍ਹ ਕੇ ਜਾਣਾ ਤੁਸੀਂ ਨੈਕਸਟ ਹੈਗਾ ਆਪਣੇ ਕੋਲ ਟ੍ਰੀ ਐਂਡ ਗ੍ਰਾਫ ਹੁਣ ਲਾਸਟ ਟੋਪਿਕ ਡੇਟਾ ਸਟਰਕਚਰ ਦੇ ਵਿੱਚ ਇਹੀ ਆ ਜਾਂਦਾ ਕਿ ਟ੍ਰੀ ਕੀ ਹੁੰਦਾ ਆ ਹੁਣ ਦੇਖੋ ਟ੍ਰੀ ਦੇ ਬਾਰੇ ਅਗਰ ਕੁਐਸਚਨ ਪੁੱਟ ਕਰ ਰਹੇ ਆ ਤਾਂ ਟ੍ਰੀ ਨਾਲ ਰਿਲੇਟਡ ਹੀ ਕੁਐਸਚਨ ਪੁੱਟ ਕਰ ਸਕਦੇ ਆ ਜਾਂ ਫਿਰ ਤੁਹਾਨੂੰ ਕੋਈ ਐਗਜ਼ਾਮਪਲ ਦੇ ਸਕਦੇ ਕਿ ਇਹਦੇ ਸਾਨੂੰ ਟ੍ਰੀ ਬਣਾ ਕੇ ਦਿਖਾਓ ਹਨਾ ਉਹਦੀ ਰਾਈਟ ਨੋਡ ਕਿਹੜੀ ਹੁੰਦੀ ਆ ਲੈਫਟ ਨੋਡ ਕਿਹੜੀ ਹੁੰਦੀ ਆ ਉਹਦੇ ਨਾਲ ਰਿਲੇਟਡ ਤੁਹਾਨੂੰ ਕੁਐਸਚਨ ਪੁੱਟ ਕਰ ਸਕਦੇ ਆ ਚਾਈਲਡ ਕੀ ਹੁੰਦਾ ਜਨਰੇਸ਼ਨਸ ਕੀ ਹੁੰਦੀਆਂ ਉਹਦੇ ਨਾਲ ਰਿਲੇਟਡ ਜਿਹੜੀ ਆ ਉਹ ਤੁਹਾਨੂੰ ਕੁਐਸਚਨ ਪੁੱਟ ਕਰ ਸਕਦੇ ਸੋ ਟ੍ਰੀ ਦੇ ਬਾਰੇ ਜਿਹੜੀ ਆ ਤੁਸੀਂ ਜ਼ਰੂਰ ਬੇਸਿਕ ਜਾਣਕਾਰੀ ਲੈ ਕੇ ਜਾਣੀ ਸੋ ਨੈਕਸਟ ਹੈਗਾ ਗ੍ਰਾਫ ਗ੍ਰਾਫ ਨਾਲ ਰਿਲੇਟਡ ਕੁਐਸਚਨ ਪੁੱਟ ਕਰ ਸਕਦੇ ਆ ਗ੍ਰਾਫ ਦੀ ਵੀ ਤੁਹਾਨੂੰ ਕੋਈ ਐਗਜ਼ਾਮਪਲ ਦੇ ਸਕਦੇ ਆ ਕਿ ਇਹਦਾ ਕੋਈ ਗ੍ਰਾਫ ਜਿਹੜਾ ਹੈ ਉਹ ਬਣਾ ਕੇ ਦਿਖਾਓ ਸੋ ਇਸ ਤਰ੍ਹਾਂ ਦੇ ਜਿਹੜੇ ਕੁਐਸਚਨਸ ਆ ਇਹ ਸਾਰੇ ਡੇਟਾ ਸਟਰਕਚਰ ਦੇ ਵਿੱਚ ਪੁੱਛੇ ਜਾ ਸਕਦੇ ਆ